ਬੁਰਜ ਜਵਾਹਰ ਸਿੰਘ ਗੁਰਦੁਆਰਾ ਸਾਹਿਬ ਤੋਂ ਬੀੜ ਸਾਹਿਬ ਦੀ ਚੋਰੀ ਹੋਈ ਸੀ। ਉਹ ਬੇਅਦਬੀ ਦੀ ਸੀਰੀਜ਼ ਦੇ ਵਿੱਚ ਉਹ ਪਹਿਲੀ ਘਟਨਾ ਸੀ। ਜਦੋਂ 2015 ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਸ਼ੁਰੂ ਹੋਈਆਂ ਉਹਦੇ ਵਿੱਚ ਪਹਿਲੀ ਘਟਨਾ ਸੀ 1 ਜੂਨ 2015। 7 ਸਾਲ ਹੋ ਗਏ ਜੀ। 7 ਸਾਲਾਂ ਦੇ ਵਿੱਚ ਇਹ ਵੀ ਡਿਸਾਈਡ ਨਹੀਂ ਹੋਇਆ ਕਿ ਇਹਨਾਂ ਕੇਸਾਂ ਦੀ ਤਫਤੀਸ਼ ਕੌਣ ਕਰੇਗਾ। ਉਹਨਾਂ ਗਵਾਹਾਂ ਨੂੰ ਤੁਸੀਂ ਅਦਾਲਤ ਦੇ ਵਿੱਚ ਕਿਉਂ ਨਹੀਂ ਬੁਲਾ ਰਹੇ ਹੋ? ਡਰ ਕਿਉਂ ਰਹੇ ਹੋ? ਮੈਂ ਇਹ ਪੁੱਛਣਾ ਚਾਹੁੰਦਾ, ਡਰ ਕਿਉਂ ਰਹੇ ਹੋ? ਜਦੋਂ ਉਹ ਗਵਾਹ ਆ ਜਾਣਗੇ ਫਿਰ ਸਾਰਾ ਭੇਦ ਖੁੱਲ੍ਹ ਜਾਏਗਾ। ਇਸ ਕਰਕੇ ਨਹੀਂ ਚਾਹੁੰਦੇ ਕਿ ਉਹਨਾਂ ਦੇ ਗਵਾਹਾਂ ਦਾ ਬਿਆਨ ਹੋਵੇ ਜੀ। ਤਾਂ ਇਹਨਾਂ ਨੇ ਇੱਕ ਸਿੱਧਾ ਰਸਤਾ ਅਪਣਾਇਆ ਜੀ, ਸਿਵਲ ਲਿਟੀਗੇਸ਼ਨ ਫਾਈਲ ਕਰੋ ਔਰ ਸਰਕਾਰ ਦੇ ਨੂੰ ਅਤੇ ਸਰਕਾਰ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਆਪਣੇ ਵੱਲ ਕਰਕੇ ਤੁਸੀਂ ਕੁਛ ਰਫਾ ਦਫਾ ਕਰਵਾ ਲਓ। ਮੈਂ ਇਹ ਨਹੀਂ ਕਹਿੰਦਾ ਫੈਸਲਾ ਹੋਣਾ ਚਾਹੀਦਾ ਹੈ, ਲੇਕਿਨ ਸਭ ਤੋਂ ਪਹਿਲਾਂ ਫੈਸਲਾ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਫਰੀਦਕੋਟ ਦੇ ਵਿੱਚ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਜਿੱਥੇ ਮਰਜ਼ੀ ਅਪੀਲ ਹੋਵੇ, ਸਾਡੀ ਤਫਤੀਸ਼ ਦੇ ਵਿੱਚ ਕੋਈ ਖਾਮੀ ਹੋਵੇ ਤਾਂ ਉਹ ਸਾਰਾ ਕੁਛ ਉਹਦੇ ਵਿੱਚ ਆ ਜਾਏਗਾ। ਲੇਕਿਨ ਜਦੋਂ ਤੱਕ ਗਵਾਹਾਂ ਦਾ ਬਿਆਨ ਨਹੀਂ ਹੁੰਦਾ ਹੈ ਉਦੋਂ ਤੱਕ ਸੰਗਤ ਨੂੰ ਗੁੰਮਰਾਹ, ਆਮ ਜਨਤਾ ਨੂੰ ਗੁੰਮਰਾਹ ਕੀਤਾ ਜਾਣਾ ਬੰਦਾ ਨਹੀਂ ਹੈ ਜੀ। ਖਬਰ ਫਰੀਦਕੋਟ ਤੋਂ ਸਾਹਮਣੇ ਆਈ ਹੈ ਜਿੱਥੇ ਕਿ 1 ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਏ ਸਨ, ਜਿਸਦਾ ਇਨਸਾਫ ਸਿੱਖ ਸੰਗਤ ਨੂੰ ਹਾਲੇ ਤੱਕ ਨਹੀਂ ਮਿਲਿਆ। ਇਸ ਘਟਨਾ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਉੱਥੇ ਪਹੁੰਚੇ ਨੇ, ਜਿਨ੍ਹਾਂ ਨੇ ਵਿਧਾਇਕ ਬਣਨ ਤੋਂ ਪਹਿਲਾਂ ਇਸ ਪੂਰੇ ਮਾਮਲੇ ਦੀ ਜਾਂਚ ਵੀ ਕੀਤੀ ਸੀ। ਇਸ ਪੂਰੇ ਮਾਮਲੇ ਨੂੰ ਲੈ ਕੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਕਾਂਗਰਸ ਸਰਕਾਰ 'ਤੇ ਜਿਹੜੇ ਨਿਸ਼ਾਨੇ ਸਾਧੇ ਨੇ, ਉਹਨਾਂ ਦਾ ਕਹਿਣਾ ਸੀ ਕਿ ਕਾਂਗਰਸ ਪਾਰਟੀ ਦੀ ਜਦੋਂ ਸਰਕਾਰ ਸੀ ਉਹਨਾਂ ਨੇ ਇਸ ਦੇ ਵਿੱਚ ਅਣਗਹਿਲੀ ਕੀਤੀ ਹੈ। ਦੇਖੋ, 1 ਜੂਨ 2015 ਨੂੰ ਬੁਰਜ ਜਵਾਹਰ ਸਿੰਘ ਗੁਰਦੁਆਰਾ ਸਾਹਿਬ ਤੋਂ ਬੀੜ ਸਾਹਿਬ ਦੀ ਚੋਰੀ ਹੋਈ ਸੀ। ਉਹ ਬੇਅਦਬੀ ਦੀ ਸੀਰੀਜ਼ ਦੇ ਵਿੱਚ ਉਹ ਪਹਿਲੀ ਘਟਨਾ ਸੀਗੀ। ਜਦੋਂ 2015 ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਸ਼ੁਰੂ ਹੋਈਆਂ ਉਹਦੇ ਵਿੱਚ ਪਹਿਲੀ ਘਟਨਾ ਸੀ 1 ਜੂਨ 2015। ਉਸ ਤੋਂ ਬਾਅਦ ਤੁਸੀਂ ਦੇਖੋ ਬਰਗਾੜੀ ਦੇ ਵਿੱਚ ਅਤੇ ਹੋਰ ਕਈ ਥਾਵਾਂ 'ਤੇ ਬੇਅਦਬੀ ਦੀਆਂ ਘਟਨਾਵਾਂ ਹੋਈਆਂ। ਉਸ ਦੇ ਰੋਸ ਸਰੂਪ ਕੋਟਕਪੂਰਾ ਅਤੇ ਬਹਿਬਲ ਕਲਾਂ ਦੇ ਵਿੱਚ ਆਮ ਜਨਤਾ ਨੇ, ਸੰਗਤ ਨੇ ਪ੍ਰੋਟੈਸਟ ਕੀਤਾ। ਇਹ ਸਾਰਿਆਂ ਨੂੰ ਪਤਾ ਹੈ ਕਿ ਦੋਵੇਂ ਥਾਵਾਂ 'ਤੇ ਜਿਹੜਾ ਪ੍ਰੋਟੈਸਟ ਸੀਗਾ ਉਹ ਸ਼ਾਂਤੀਪੂਰਵਕ ਸੀ, ਸੰਗਤ ਵੱਲੋਂ ਕੋਈ ਵੀ ਇੰਸਟੀਗੇਸ਼ਨ ਨਹੀਂ ਸੀ। ਲੇਕਿਨ ਦੋਵੇਂ ਥਾਵਾਂ 'ਤੇ, ਪਹਿਲਾਂ ਕੋਟਕਪੂਰਾ ਦੇ ਵਿੱਚ ਅਤੇ ਬਾਅਦ ਦੇ ਵਿੱਚ ਬਹਿਬਲ ਕਲਾਂ ਦੇ ਵਿੱਚ ਪੁਲਿਸ ਵੱਲੋਂ ਫਾਇਰਿੰਗ ਕੀਤੀ ਗਈ, ਬਲ ਦਾ ਪ੍ਰਯੋਗ ਕੀਤਾ ਗਿਆ ਔਰ ਜੋ ਲੋਕ ਫੱਟਰ ਹੋਏ, ਜ਼ਖਮੀ ਹੋਏ ਜਾਂ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਉਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ, ਪਰਿਵਾਰ ਨੂੰ ਪੁੱਛਣ ਵਾਲਾ ਕੋਈ ਨਹੀਂ। 7 ਸਾਲ ਹੋ ਗਏ, ਦੇਖੋ 7 ਸਾਲ ਹੋ ਗਏ, ਠੀਕ ਹੈ। ਸਾਨੂੰ ਜਦੋਂ ਜ਼ਿੰਮੇਵਾਰੀ ਮਿਲੀ 2018 ਨਵੰਬਰ ਮਹੀਨੇ ਦੇ ਵਿੱਚ, ਅਸੀਂ ਜਾਂਚ ਸ਼ੁਰੂ ਕੀਤੀ। ਜਾਂਚ ਸ਼ੁਰੂ ਕਰਨ ਉਪਰੰਤ 2019 ਦੇ ਵਿੱਚ ਪਹਿਲੀ ਗ੍ਰਿਫਤਾਰੀ ਜਨਵਰੀ ਮਹੀਨੇ ਦੇ ਵਿੱਚ, ਅਤੇ 3 ਮਹੀਨਿਆਂ ਦੇ ਅੰਦਰ ਅੰਦਰ ਅਸੀਂ ਚਲਾਨ ਦੇ ਦਿੱਤਾ ਜੀ। ਉਸ ਤੋਂ ਬਾਅਦ ਸਪਲੀਮੈਂਟਰੀ ਚਲਾਨ 1, 2, 3 ਦੋਵੇਂ ਘਟਨਾਵਾਂ ਦੇ ਬਾਰੇ ਜੀ। ਜਦੋਂ ਫਰੀਦਕੋਟ ਦੀ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਦੇ ਵਿੱਚ ਚਾਰਜ ਫਰੇਮਿੰਗ 'ਤੇ ਬਹੁਤ ਸ਼ੁਰੂ ਹੋਣੀ ਸੀ, ਉਹ ਨਹੀਂ ਕਰਵਾਈ ਗਈ ਅਤੇ ਮਾਨਯੋਗ ਹਾਈਕੋਰਟ ਦੇ ਵਿੱਚ ਸਿਵਲ ਲਿਟੀਗੇਸ਼ਨ ਪਾ ਕੇ ਇਸ ਮਸਲੇ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਗਈ। ਦੇਖੋ, ਸਰਕਾਰ ਨੇ ਮਾਨਯੋਗ ਹਾਈਕੋਰਟ ਦੇ ਵਿੱਚ ਇਹ ਵੀ ਨਹੀਂ ਕਿਹਾ, ਜੋ ਉਦੋਂ ਦੀ ਸਰਕਾਰ ਸੀਗੀ, ਕਿ ਚਲਾਨ ਟੂਕਟ ਹੋ ਗਿਆ ਹੈ, ਇਹਨਾਂ ਦੇ ਓਬਜੈਕਸ਼ਨ ਓਵਰ ਰੂਲ ਹੋ ਗਏ ਨੇ ਔਰ ਇਹਦੇ ਉੱਤੇ ਸੁਣਵਾਈ ਜ਼ਰੂਰੀ ਹੈ। ਦੇਖੋ, ਕ੍ਰਿਮੀਨਲ ਲਾਅ ਦਾ ਕੋਈ ਵੀ ਇੱਕ ਸਿਸਟਮ ਹੁੰਦਾ ਹੈ, ਇਸ ਮੁਲਕ ਦਾ ਇੱਕ ਸੰਵਿਧਾਨ ਹੈ, ਜਿਹਦੇ ਵਿੱਚ ਕਿਸੇ ਨੂੰ ਬਰੀ ਕਰਨਾ ਹੈ ਜਾਂ ਸਜ਼ਾ ਕਰਨੀ ਹੈ ਤਾਂ ਗਵਾਹਾਂ ਦਾ ਬਿਆਨ ਲੈਣਾ ਅਦਾਲਤ ਦੇ ਵਿੱਚ ਜ਼ਰੂਰੀ ਹੁੰਦਾ ਹੈ। ਇੱਥੇ ਕੋਈ ਬਿਆਨ ਨਹੀਂ ਹੋਇਆ, ਕੁਛ ਨਹੀਂ ਹੋਇਆ, ਸਿਰਫ ਸਰਕਾਰ ਨੇ ਆਮ ਜਨਤਾ ਨੂੰ ਗੁੰਮਰਾਹ ਕੀਤਾ। ਅਤੇ ਜੋ 9 ਅਪ੍ਰੈਲ 2021 ਨੂੰ ਜੋ ਕੁਛ ਵੀ ਹੋਇਆ, ਮੈਂ ਨੌਕਰੀ ਤੋਂ ਇਸਤੀਫਾ ਦੇ ਦਿੱਤਾ ਸੀ। ਉਸ ਤੋਂ ਬਾਅਦ ਸਰਕਾਰ ਨੇ 2 SIT ਦਾ ਗਠਨ ਕੀਤਾ। ਜਦੋਂ 2 SIT ਦਾ ਗਠਨ ਹੋਇਆ, ਇੱਕ ਬਹਿਬਲ ਕਲਾਂ ਵਾਸਤੇ ਅਤੇ ਇੱਕ ਕੋਟਕਪੂਰਾ ਵਾਸਤੇ, 3ਜੀ SIT ਚੱਲ ਰਹੀ ਸੀਗੀ ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚ ਜੋ ਬੇਅਦਬੀ ਦੀ ਘਟਨਾ ਹੋਈ ਸੀ, ਜੋ ਪਹਿਲਾਂ ਕੇਸ CBI ਦੇ ਕੋਲ ਸੀਗਾ, ਉਹਦੇ ਵਾਸਤੇ 3ਜੀ ਸੀਟ ਗਠਿਤ ਕੀਤੀ ਗਈ। ਲੇਕਿਨ ਤੁਸੀਂ ਦੇਖੋ, ਨਾ ਤਾਂ ਬਹਿਬਲ ਕਲਾਂ ਦੇ ਕੇਸ ਦੇ ਵਿੱਚ, ਨਾ ਹੀ
कोट कपूरा केस दे विच कोई भी किसी किस्म का प्रोग्रेस उन्हां वालों नहीं होया। सगों एक SIT दे मुखी ने मांग की मेरे वालों लिखती तौर पर कि तुसी दो कि बादल परिवार के खिलाफ प्रकाश सिंह बादल अते सुखबीर बादल के खिलाफ एविडेंस की है। देखो इन्वेस्टिगेशन वो कर रहे हैं, फाइल होना दे कोल है, असी जो इन्वेस्टिगेशन की सी वो सारा कुछ होना दे कोल है, तो हुण उन्हां दी जिम्मेवारी है कि वो एविडेंस कट के ल्याउन कि एविडेंस की है। और दूसरी जो SIT है वो कह रही है कि जो LK यादव वाली SIT है वो कोई चीज़ साडे नाल सांझा नहीं कर दी, तो इस करके साड़ी प्रोग्रेस नहीं हो रही है। तो ये भी देखो एक दूसरे ते ब्लेम गेम चल रहा है। 7 साल हो गए जी, 7 साल दे विच ये भी डिसाइड नहीं होया कि इन्हां केसां दी तफ्तीश कौन करेगा जी। ठीक है, मेरी इन्वेस्टिगेशन दे विच कोई गलती है तो वो जिला अदालत ट्रायल दे दौरान साबित करेगी कि इन्वेस्टिगेशन दे विच कमी है। वो उदो होगा जदों सारे गवाहों का बयान सरदार तरलोचन सिंह जी सबका चेयरपर्सन कट गिनती कमीशन वो साढ़े गवाह सबका जथेदार तख्त श्री पटना साहिब वो साढ़े गवाह इस तरीके दे साढ़े गवाह ने उन्हें गवाहों नू तुसी अदालत दे विच क्यों नहीं बुला रहे हो, डर क्यों रहे हो? मैं ये पूछना चाहता हाँ, डर क्यों रहे हो? जदों वो गवाह आ जाएंगे फिर सारा भेद खुल जाएगा। इस करके नहीं चाहते कि उन्होंने गवाहों का बयान होवे जी, तो इन्होंने एक सीधा रास्ता अपनाया है जी, सिविल लिटिगेशन फाइल करो और सरकार दे नू ते सरकार दे जिहड़े लोग ने उन्होंने अपने वल करके तुसी कुछ रफा दफा करवा लो। मैं ये नहीं कहता फैसला होना चाहिए है, लेकिन सब तो पहला फैसला जिला ते सेशन अदालत फरीदकोट दे विच होना चाहिए है, उस तो बाद जिथे मर्जी अपील होवे साड़ी तफ्तीश दे विच कोई खामी होवे तो वो सारा कुछ उहदे विच आ जाएगा। लेकिन जदों तक गवाहां दा बयान नहीं हुंदा है उदों तक संगत नूं गुमराह आम जनता नूं गुमराह किया जाना बनता नहीं है जी। जो ये सारा कुछ हुंदा आ रहा है तां ही मैं मानजोग चीफ मिनिस्टर साहब जो साड़ी सरकार दे चीफ मिनिस्टर साहब ने 2 चिट्ठियां लिख के, एक चिट्ठी 20 मार्च नूं लिखी सी, दूसरी चिट्ठी 19 मई नूं लिखी सी। चिट्ठी लिख के मैं जाणू करवाया इस करके कि उन्होंने पता लग जावे कि इन्हां केसां दा इंपोर्टेंस की है ते सच्चाई की है, इस करके मैं जाणू करवाया सी। ते एक केस होर भी मानजोग हाई कोर्ट दे विच चल रहा है बहबल कलां वाला, तो मैं यही बेनती करांगा कि जो भी सुनवाई है ट्रायल है, ट्रायल होना चाहिए है जी, ट्रायल होना चाहिए है। तफ्तीश सही है गलत है ये ट्रायल दे विच पता चलना है जदों गवाह अपनी गवाही देंगे अदालत दे विच। लेकिन एक गवाही तो डरते नहीं जी, जदों गवाही जदों शुरू हो जाएगी तो सारा भेद खुल जाना है। इस करके मेरी यही बेनती है कि राजनीति बंद होनी चाहिए है जी। 7 साल तो केवल राजनीति होंदी आई है, हुण राजनीति बंद होनी चाहिए है और गवाहों का बयान जिला ते सेशन अदालत दे विच होना चाहिए है। मैं अज मत्था टेकन वास्ते आया सी बरगाड़ी ते बुरज जवाहर सिंह वाला जिथे 7 साल पूरे होने तो बाद संगत वालों उत्थे अरदास की जाती है। उस उपरांत मैं इत्थे सुखराज सिंह जी जो कई महीनों तो इत्थे प्रोटेस्ट कर रहे ने, जदों साड़ी सरकार आई है उस तो बाद मैं पहली बार इन्हां दे कोल आया हाँ, इस तो पहला बहुत सारे लोग सरकार दे नुमाइंदे इन्हां दे कोल आ चुके ने। जदों असी इलेक्शन लड़ रहे सी, कैंपेनिंग चल रही सी, उस दौरान मैं आया सी इन्हां दे कोल, मैं सांत्वना इन्हां नूं दे के गया सी कि साड़ी सरकार जदों आऊगी तां असी पूरी कार्रवाई करांगे। तो मैनूं पूरी उम्मीद है कि कार्रवाई होगी और 7 साल लंघ गए ठीक है, लेकिन हुण टाइम है कि हुण टाइम लंघना नहीं चाहिए है, छेती तो छेती इंसाफ होना चाहिए है। सिख संगत वालों लगातार इन्हां सरूपां नूं लैके इंसाफ की मांग की जा रही है, पर सरकारां बदलदियां रहियां, हले तक सिख कौम नूं इन्हां दा इंसाफ नहीं मिलिया। हुण देखना होगा कि पंजाब विच आम आदमी पार्टी की सरकार बनी है ये सिखां नूं इंसाफ दिवाउंदी है जां फिर नहीं। फरीदकोट तो गुरजीत रमाणा की रिपोर्ट, D5 चैनल पंजाबी। होएगी किसानां दी गल, नवी खेती मशीनां बीजां ते बागां दी गल लैके चलांगे तुहानू रंगले पंजाब दे खेतां वल। देखना ना भुलना साडा खास प्रोग्राम फार्मिंग विद अमरजीत वड़ैच, सोमवार तो शुक्रवार शाम 6 बजे D5 चैनल पंजाबी ते।
की हुंदी है जमाबंदी, किवें बनदी है वसीयत, जमीन जायदाद दे हर मसले ते करांगे चर्चा। देखना ना भुलना साडा खास प्रोग्राम नायब तहसीलदार .com T5 चैनल पंजाबी। हुणे सब्सक्राइब करो, बैल आइकन ते क्लिक करो।